ਨੀ ਕਰਾਉਣਾ ਤੂੰ ਤਕੜੀ ਰਹਿ ਸਹੀ ਹੈ ਸਹੀ ਨਿਰਪੇਸ਼ ਸਰ ਤੇ ਰਾਜ ਮੈਮ ਥੀਏਟਰ ਦੀ ਸ਼ੁਰੂਆਤ ਕਰਾਈ ਤੁਹਾਨੂੰ ਤੇ ਉਹਨਾਂ ਨਾਲ ਕੋਈ ਹਸੀਨ ਯਾਦਾਂ ਉਹਨਾਂ ਨਾਲ ਤਾਂ ਯਾਦਾਂ ਬਹੁਤ ਨਹੀਂ ਲੱਗਦਾ ਮੇਰੇ ਮਾਪਿਓ ਵਾਂਗ ਹੀ ਨੇ ਇੱਕ ਨੇ ਜੰਮਿਆ ਉਹਨਾਂ ਨੇ ਪਾਲਿਆ ਉਹਨਾਂ ਨੇ ਸਾਨੂੰ ਲੰਦਾ ਘੱਟੋ ਘੱਟ 12 13 ਸਾਲ ਅਸੀਂ ਪੰਜਾਬ ਦੇ ਪਿੰਡਾਂ 'ਚ ਨਾਟਕ ਕੀਤਾ ਉਹਨਾਂ ਅੰਦਰ ਟ੍ਰੇਨਿੰਗ ਹੋਈ ਫਿਰ ਉਹਨਾਂ ਦੀ ਸਭ ਤੋਂ ਬੈਸਟ ਚੀਜ਼ ਸੀਗੀ ਉਹ ਕਹਿੰਦੇ ਯਾਰ ਤੂੰ ਇੱਥੇ ਬਹੁਤ ਕੰਮ ਕਰ ਲਿਆ ਹੁਣ ਤੂੰ ਅੱਗੇ ਜਾ ਅੱਗੇ ਜਾ ਕੀ ਇੱਥੇ ਬਹੁਤ ਕਰ ਲਿਆ ਹੁਣ ਤੂੰ ਇਹਦੀ ਐਮਏ ਕਰ ਐਨਐਸਡੀ ਜਾ ਹਨਾ ਇਹਦੇ ਅੱਗੇ ਵੀ ਬਹੁਤ ਜ਼ਿਆਦਾ ਲੈਵਲ ਨੇ ਹਜੇ ਵੀ ਉਹ ਪੂਰੀ ਸੋਚ ਬੱਡੀ ਚੀਜ਼ ਹੈ ਚੰਗੇ ਗੁਰੂ ਦੀ ਇਹੀ ਨਿਸ਼ਾਨੀ ਹੁੰਦੀ ਹੈ ਕਿ ਤੂੰ ਉਹ ਆਪਣੇ ਚੇਲੇ ਨੂੰ ਹਮੇਸ਼ਾ ਕਹਿੰਦਾ ਵੀ ਅੱਗੇ ਜਾ ਰ ਮੇਰੇ ਤੋਂ ਵੀ ਅੱਗੇ ਐਜ਼ ਅ ਇਨਸਾਨ ਮੈਂ ਅੱਦਾਂ ਦਾ ਬੰਦਾ ਆਪਣੀ ਲਾਈਫ 'ਚ ਕਦੇ ਨਹੀਂ ਵੇਖਿਆ ਕੀ ਮਤਲਬ ਐਕਟਿੰਗ ਦਾ ਅਲੱਗ ਬਟ ਐਜ਼ ਅ ਇਮੋਸ਼ਨਲ ਹਰ ਗੱਲ ਪਿੱਛੇ ਹੈਲਪ ਕਰਦੀ ਉਹਨੂੰ ਪਤਾ ਸੀ ਘਰੋਂ ਠੀਕ ਨਹੀਂ ਹੈ ਮੇਰੀ ਫੀਸ ਵੀ ਭਰਦੇ ਸੀ ਤੇ ਉਹਨੂੰ ਇਹ ਵੀ ਪਤਾ ਸੀ ਯਾਰ ਐਡਾ ਵੀ ਫਾਈਨੈਂਸ਼ੀਅਲ ਦਿੱਕਤ ਆਉਂਦੀ ਹੈ ਜਦੋਂ ਚੰਡੀਗੜ੍ਹ ਪੜ੍ਹਦੇ ਸੀ ਕਿ ਪੈਸੇ ਪੂਸੇ ਲੈ ਜਾਇਆ ਕਰ ਇਹਨੂੰ ਪਤਾ ਹੈ ਉਹਨੂੰ ਪਤਾ ਹੁੰਦਾ ਸੀ ਉਹਨਾਂ ਨੂੰ ਵੀ ਇਹ ਬੱਸ ਚੜ ਕੇ ਆਇਆ ਕਿ ਇਹਨੂੰ ਕਰਾਇਆ ਦੇਣਾ ਇਹਨੇ ਵਾਪਸ ਜਾਣਾ ਤੇ ਉਹਨਾਂ ਨੂੰ ਇਹ ਵੀ ਪਤਾ ਸੀ ਇਹ ਮੰਗਦਾ ਨਹੀਂ ਮੰਗਦਾ ਨਹੀਂ ਪਰ ਉਹਨਾਂ ਨੇ ਧੱਕੇ ਨਾਲ ਦੇਵ ਚ ਪਾ ਦੇ ਨਹੀਂ ਮੈਨੂੰ ਲੱਗਾ ਐਡੀ ਜੇ ਕਿਸੇ ਨੇ ਸਮਝਿਆ ਤਾਂ ਨਰਪਾਇ ਸਰ ਨਹੀਂ ਸਮਝੇ ਵਾਹ ਬਿਊਟੀ